ਗੱਲਾਂ ਕਰੀਏ ਨਾ, ਬਹੁਤ ਸਾਰੇ ਲੋਕ ਗੱਲ ਕਰਦੇ ਨੇ ਯਾਰ ਉਹਨੇ ਕੀਤਾ ਕੀ, ਬਸ ਇਹ ਗੱਲ ਹੁੰਦੀ ਹੈ ਨਾ, ਜੇ ਉਹਨੇ ਕੀਤਾ ਕੀ, ਉਹਨੇ ਸਭ ਤੋਂ ਵੱਡੀ ਗੱਲ ਵਾਲਾ ਕੀ ਕੀਤੀ ਕਿ ਉਹ ਜਿਹੜੇ ਧਿਰ ਦੇ ਨਾਲ, ਜਿਹੜੇ ਸਮਾਜ ਦਾ ਕਮਜ਼ੋਰ ਤਬਕੇ ਨਾਲ ਕੋਈ ਖਲੋਣਾ ਪਸੰਦ ਨਹੀਂ ਸੀ ਕਰਦਾ ਨਾ, ਉਹ ਉਹਦੇ ਨਾਲ ਖਲੋ ਗਿਆ। ਉਹਦੇ ਵਿੱਚ ਤੁਹਾਡਾ ਰੇਹੜੀ ਵਾਲਾ, ਤੁਹਾਡਾ ਮਜ਼ਦੂਰ, ਤੁਹਾਡਾ ਗਰੀਬ ਆਦਮੀ। ਤੁਸੀਂ ਇਹ ਦੇਖੋ, ਮੈਂ ਇੱਕ ਮੋਟੀ ਜੀ ਗੱਲ ਦੱਸਦਾ, ਮੇਰੇ ਵੀਰ ਬੜੇ ਸਮਝਦਾਰ ਸਾਰੇ ਵੀਰ ਬੈਠੇ ਨੇ। ਤੁਸੀਂ ਅੱਜ ਲਾਹੌਰ ਇਸਲਾਮਾਬਾਦ ਦੇ ਵਿੱਚ ਇੱਕ ਬੰਦੇ ਨੇ ਰਹਿਣਾ ਨਾ, ਇੱਕ ਬੰਦੇ ਨੇ, ਉਹਨੂੰ ਬਾਹਰੋਂ ਰੋਟੀ ਖਾਣੀ ਪਏ ਨਾ, ਤੇ ਡੇਲੀ ਦੀ ਦਾਲ ਨਾਲ ਵੀ ਰੋਟੀ ਉਹ 1000 ਰੁਪਏ ਦੀ ਖਾਂਦਾ, 3 ਟਾਈਮ ਰੋਟੀ 300 ਰੁਪਏ ਚ ਰੋਟੀ ਨਹੀਂ ਖਾਧੀ ਜਾਂਦੀ। ਠੀਕ ਹੈ, ਜਿਹੜੀ ਗੱਲ ਤੋਂ ਖਾਨ ਸਾਹਿਬ ਦਾ ਮਜ਼ਾਕ ਉਡਾਇਆ ਗਿਆ ਨਾ ਕਿ ਦੇਖੋ ਜੀ ਇਹਨਾਂ ਤੇ ਲੰਗਰਖਾਨੇ ਖੋਲਤੇ, ਯਾਰ ਇੱਕ ਮਜ਼ਦੂਰ 25,000 ਰੁਪਇਆ ਕਮਾਉਣ ਡਿਆ, ਤੁਹਾਡੀ ਪਸਲੀ ਨਹੀਂ ਹੈ ਕਿ ਤੁਸੀਂ ਉਸ ਤੋਂ ਜ਼ਿਆਦਾ ਉਹਨੂੰ ਤਨਖਾਹ ਦੇ ਸਕੋ। ਲੇਕਿਨ ਯਾਰ ਉਹਨੂੰ ਉਹਨੇ ਅਗਰ ਰੋਟੀ ਖਵਾਈ ਹੈ ਤੇ ਤੁਹਾਨੂੰ ਤਕਲੀਫ ਕੀ ਹੈ, ਤੁਹਾਨੂੰ ਕੀ ਤਕਲੀਫ ਹੈ? ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸਲਾਮਾਬਾਦ, ਲਾਹੌਰ ਜਾਂ ਜਿਹੜੇ ਵੀ ਸ਼ਹਿਰ ਦੇ ਵਿੱਚ ਤੁਸੀਂ ਕਮਾਈ ਕਰਨ ਵਾਸਤੇ ਜਾਂਦੇ ਹੋ, ਉੱਥੇ ਅਗਰ ਤੁਸੀਂ ਇੱਕ ਕਮਰਾ ਵੀ ਲੈਂਦੇ ਹੋ ਨਾ, ਛੋਟਾ ਜਿਹਾ ਕਮਰਾ ਵੀ ਲੈਂਦੇ ਹੋ, ਤੇ 7 ਤੋਂ 8 ਹਜ਼ਾਰ ਰੁਪਇਆ, ਠੀਕ ਹੈ, 30,000 ਰੁਪਏ ਦੀ ਉਹਨੇ ਮਹੀਨੇ ਦੀ ਰੋਟੀ ਖਾ ਛੱਡੀ, 8,000 ਦਾ ਕਮਰਾ, ਤੇ 25,000 ਦੇ ਵਿੱਚੋਂ 13,000 ਸਬਸਿਡੀ ਉਹ ਘਰੋਂ ਲਿਆ ਕੇ ਦੇ, ਮਤਲਬ ਅਕਲ ਨਹੀਂ ਕਰ। ਉਹ ਵਿਜਨ ਵਾਲਾ ਬੰਦਾ ਯਾਰ, ਉਹਨੇ ਕੁਛ ਤੇ ਸੋਚਿਆ, ਉਹਨੇ ਸੋਚਿਆ ਕਿ ਯਾਰ ਮਜ਼ਦੂਰ ਦੀ ਮਜ਼ਦੂਰੀ ਨੂੰ ਕਿਵੇਂ ਬਚਾਇਆ ਜਾ ਸਕਦਾ। ਠੀਕ ਹੈ, ਉਹ ਮਜ਼ਦੂਰ ਜਿਹੜਾ ਵਿਚਾਰਾ 5-7 ਜਣੇ ਇਕੱਠੇ ਹੋ ਕੇ ਕਮਰਾ ਲੈਂਦੇ, ਥੱਲੇ ਪਏ ਨੇ, ਉੱਥੇ ਹੀ ਚੁੱਲ੍ਹਾ, ਉੱਥੇ ਹੀ ਸਾਰਾ ਕੁਛ, ਉਹਨਾਂ ਨੂੰ ਸਾਫ਼ ਸੁਥਰਾ ਬਿਸਤਰ ਮਿਲਦਾ ਸੀ, ਪਨਾਹਗਾਹ ਦੀ ਸੂਰਤ ਦੇ ਵਿੱਚ ਸ਼ੈਲਟਰ ਹੋਮ ਬਣਾਇਆ। ਯਾਰ ਇਹ ਸਾਡੇ ਆਮ ਲੋਕਾਂ ਦੇ ਨਾਲ ਖਲੋਣ ਵਾਲਾ ਬੰਦਾ ਕੋਈ ਸਾਈਕੋ ਹੀ ਹੋ ਸਕਦਾ, ਵਰਨਾ ਦੇਖੋ ਨਾ ਬੜੇ ਬੜੇ ਦਾਨਿਸ਼ਵਰ ਗੁਜ਼ਰੇ ਨੇ ਸ਼ਬਾਸ਼ ਸ਼ਰੀਫ ਤਰਸ ਦੇ, ਕਿ ਜਿਨ੍ਹਾਂ ਨੇ ਜਨਾਬ ਉਹ ਜਿੰਨੇ ਦੀ ਔਰੇਂਜ ਟ੍ਰੇਨ ਬਣਾਈ ਹੈ ਉਹਨੇ 'ਚ ਪੂਰੇ ਲਾਹੌਰ ਨੂੰ ਤੁਸੀਂ ਕਾਰਾਂ ਲੈ ਕੇ ਦੇ ਸਕਦੇ, ਯਾਨੀ ਫੀ ਘਰ ਦੇ ਵਿੱਚ ਇੱਕ ਗੱਡੀ ਲੈ ਕੇ ਦੇ ਸਕਦੇ, ਇਮਾਨਦਾਰੀ ਦੀ ਗੱਲ। ਤੇ 400 ਅਰਬ ਰੁਪਈਆ ਤੁਸੀਂ ਫੂਕ ਛੜਿਆ ਯਾਰ, ਤੇ ਤੁਰਦੇ ਕਿੱਥੋਂ, ਇੱਕ ਪਾਸੇ ਤੁਰਦੇ ਹੋ ਤੇ ਸਿੱਧਾ ਸਿੱਧਾ ਜਾ ਕੇ ਦੂਸਰੇ ਛੱਪੜ ਕੰਡੇ ਖਲੋ ਜਾਂਦੇ। ਠੀਕ ਹੈ, ਉਸ ਤੋਂ ਇਲਾਵਾ ਤੁਸੀਂ ਵੱਖਰੀਆਂ ਕੁਛ ਸਪੀਡੋ ਬੱਸਾਂ ਵੱਖਰੀਆਂ ਚਲਾਈਆਂ, ਮੈਟਰੋ ਵੱਖਰੀਆਂ ਚਲਾਈਆਂ, ਯਾਨੀ ਤੁਹਾਡਾ ਮੈਟਰੋ ਦਾ ਸਿਸਟਮ ਫਿਰ ਵੀ ਪੂਰਾ ਨਹੀਂ ਹੋਇਆ। ਇਹਦਾ ਮਤਲਬ ਕੀ? ਤੁਸੀਂ ਆਪਣੇ ਖਾਂਚੇ ਸਿੱਧੇ ਕੀਤੇ, ਤੁਸੀਂ 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 ਆਪਣੀਆਂ ਦਿਹਾੜੀਆਂ ਸਿੱਧੀਆਂ ਕੀਤੀਆਂ ਨੇ, ਸਾਨੂੰ ਨਾ ਦੱਸੋ ਕਿ ਤੁਸੀਂ ਸਾਡੇ ਵਾਸਤੇ ਕੀ ਕੀਤਾ। ਗੱਲ ਇਹ ਵੇ ਕਿ ਇੱਕ ਲਾਹੌਰ ਦੇ ਵਿੱਚ, ਅਸੀਂ ਇਹ ਨਹੀਂ ਕਹਿੰਦੇ ਕਿ ਲਾਹੌਰ ਦੀ ਤਰੱਕੀ ਨਹੀਂ ਹੋਣੀ ਚਾਹੀਦੀ, ਲੇਕਿਨ ਮੈਨੂੰ ਇੱਕ ਗੱਲ ਦੱਸੋ, ਮੈਂ ਛੋਟੀ ਜਿਹੀ ਮਿਸਾਲ ਦੇਣਾ ਕਿ ਸਾਡੇ ਵਿੱਚੋਂ ਇਹ ਜਿੰਨੇ ਵੀ ਦੋ ਸਾਥੀ ਨੇ, ਇਹਨਾਂ ਨੂੰ ਦੋ ਆਪਸ਼ਨ ਦਿੱਤੇ ਜਾਣ ਕਿ ਭਾਈ ਤੁਹਾਨੂੰ ਅਸੀਂ 1,00,000 ਰੁਪਇਆ ਦਿੰਦੇ ਹਾਂ, ਉਹਦੇ ਵਿੱਚ ਤੁਹਾਡੇ ਕੋਲ ਦੋ ਚਾਇਸ। ਠੀਕ ਹੈ, ਅੱਛਾ ਤੁਹਾਨੂੰ ਅਸੀਂ ਚੋਇਸ ਦੇਣਾ ਜੀ, ਤੁਹਾਡੇ ਕੋਲ ਦੋ ਚੋਇਸ, 1,00,000 ਰੁਪਇਆ, ਇੱਕ ਜਾਂ ਤੁਸੀਂ ਬੱਕਰੀ ਖਰੀਦ ਸਕਦੇ ਹੋ ਜਾਂ ਫਿਰ ਘਰ ਦਾ ਏਸੀ ਲਵਾ ਸਕਦੇ। ਠੀਕ ਹੈ, ਜੇ ਤਾਂ ਹੋਏਗਾ ਨਾ ਸ਼ਬਾਜ਼ ਸ਼ਰੀਫ, ਉਹਨੇ ਭਾਈ ਏਸੀ ਲਵਾਉਣਾ ਜੇ, ਅਤੇ ਜੇ ਹੋਏਗਾ ਨਾ ਇਮਰਾਨ ਖਾਨ, ਉਹਨੇ ਬੱਕਰੀ ਲੈਣੀ। ਬੱਕਰੀ ਵਾਲੇ ਦਾ ਤੁਸੀਂ ਮਜ਼ਾਕ ਭਾਵੇਂ ਉਡਾਓ, ਬੱਕਰੀ ਨੇ 5 ਮਹੀਨਿਆਂ ਬਾਅਦ ਇੱਕ ਬੱਚਾ ਦੇ ਛੱਡਣਾ। ਏਸੀ ਨੇ ਜਨਾਬ, ਏਸੀ ਨੇ, ਹਾਂਜੀ ਅੱਛਾ ਅੱਛਾ, ਅਤੇ ਏਸੀ ਵਾਲੇ ਬੰਦੇ ਨੇ, ਦੇਖੋ ਚਲੋ ਠੀਕ ਹੈ ਉਹ ਮਜ਼ਾਕ ਦੇ ਵਿੱਚ, ਲੇਕਿਨ ਏਸੀ ਵਾਲੇ ਬੰਦੇ ਨੇ ਉਲਟਾ ਘਰੋਂ ਪੈਸੇ ਲਾਣੇ। ਸਾਡੇ ਮੁਲਕ ਦੀ ਮਈਸ਼ਤ ਦਾ ਬੇੜਾ ਗਰਕ ਐਸੇ ਤਰੀਕੇ ਦੇ ਨਾਲ ਕੀਤਾ ਕਿ ਅਸੀਂ ਆਪਣੀ ਪੈਦਾਵਾਰ ਨਹੀਂ ਵਧਾਈ। ਆਹੋ ਜੀ, ਆਹੋ ਜੀ, ਇੱਕ ਮਿੰਟ, ਅੱਛਾ ਅਸੀਂ ਵਿਜਨ ਦੀਆਂ ਗੱਲਾਂ ਕਿਉਂ ਨਹੀਂ ਕਰਦੇ ਆਮ ਲੋਕਾਂ ਤੱਕ, ਅਸੀਂ ਇਹ ਗੱਲ ਕਿਉਂ ਨਹੀਂ ਪਹੁੰਚਾਉਂਦੇ ਕਿ ਖਾਨ ਸਾਹਿਬ ਇੱਕ ਵਿਜਨ ਵਾਲਾ ਲੀਡਰ, ਉਹਨੇ ਇਸਲਾਮੋਫੋਬੀਆ ਦੀ ਗੱਲ ਦਾ ਮਤਲਬ ਇਹ ਨਹੀਂ ਸੀ ਹੈ ਕਿ ਉਹਨੇ ਪੂਰੀ ਦੁਨੀਆ ਨਾਲ ਜੰਗ ਕਰਨੀ ਸੀ। ਦੇਖੋ ਦੁਨੀਆ ਦੇ ਅੰਦਰ ਜੰਗਾਂ ਤੋਂ ਬਾਅਦ ਵੀ ਮੁਕਾਲਮਾ ਹੁੰਦਾ, ਮੇਜ਼ ਤੇ ਬੈਠਾ ਜਾਂਦਾ। ਉਸ ਬੰਦੇ ਨੇ ਪੂਰੀ ਦੁਨੀਆ ਨੂੰ ਟੇਬਲ 'ਤੇ ਲੈ ਕੇ ਆਇਆ। 1985 ਤੋਂ ਬਾਅਦ ਦੇ ਵਿੱਚ ਅਗਰ ਦੁਬਾਰਾ ਕੋਈ ਬੰਦਾ ਇਸਲਾਮੀ ਸਰਬਰਾਹੀ ਕਾਨਫਰੰਸ ਕਰਵਾ ਸਕਿਆ ਤਾਂ ਇਮਰਾਨ ਖਾਨ। ਠੀਕ ਹੈ, ਅਤੇ ਜਦੋਂ ਉਹ ਬੋਲਦਾ ਸੀ ਨਾ ਤਾਂ ਸਾਰੀ ਦੁਨੀਆ ਦੇ ਲੋਕ ਜਿੰਨੇ ਵਜ਼ਰਾ ਖਾਰਜਾ ਬੈਠੇ ਸੀ ਅਤੇ ਉਹਦੇ ਨਾਲ ਦੇਖਦੇ ਸੀ ਕਿ ਯਾਰ ਇਸ ਬੰਦੇ ਦਾ ਮਤਾਲਿਆ ਹੈ ਨਹੀਂ ਹੈ ਕਿ ਪਰਚੀ ਫੜੀ ਕਿ ਅਸੀਂ ਤੁਹਾਨੂੰ ਵੈਲਕਮ ਕਰਾਂਗੇ ਕਾਹਦੇ 'ਤੇ, ਦਾਲ ਅਤੇ ਆਲੂ ਕੀਮਾ। ਹੈਂ, ਓਬਾਮਾ ਦੇ ਸਾਹਮਣੇ ਬਹਿ ਕੇ ਜੀ ਉਹ ਲੀਡਰ ਸਾਹਿਬ ਬੈਠੇ ਨੇ, ਐਂਡ ਦੇ ਆਖਰ ਰਿਜ਼ਲਟ ਕੀ ਕਿਹਾ ਜੀ, ਦਾਲ ਕੀਮਾ ਤੁਹਾਨੂੰ ਇੰਤਜ਼ਾਰ ਕਰ ਰਿਹਾ ਲਾਹੌਰ ਦੇ ਵਿੱਚ ਤੁਹਾਡੇ। ਯਾਰ ਸਾਡੀ ਦਾਲ ਕੀਮਾ ਪਲੀਸੀ ਰਹਿ ਗਈ ਦੁਨੀਆ ਦੇ ਨਾਲ ਗੱਲ ਕਰਨ ਵਾਸਤੇ। ਤੁਸੀਂ ਇਹ ਦੇਖੋ, ਖਾਨ ਸਾਹਿਬ ਦੇ ਦੌਰੇ ਹਕੂਮਤ ਦੇ ਵਿੱਚ ਇੱਕ ਡਰੋਨ ਹਮਲਾ ਜੋ ਹੋਇਆ, ਕਿਉਂ? ਉਹਦਾ ਸਟੇਟ ਮੌਕਫ ਸੀ ਕਿ ਭਾਈ ਮੇਰੇ ਸ਼ਹਿਰੀ ਨੇ, ਮੇਰੇ ਸ਼ਹਿਰੀਆਂ ਦੇ ਉੱਤੇ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ। ਅਸੀਂ ਇੱਕ ਪਾਸੇ ਬਹਾਦਰ ਹੋਣ ਦਾ ਨਾਟਕ ਕਰਦੇ ਹਾਂ,